ਧਮਕ ਬੇਸ ਨਾਲ ਪੰਜਾਬੀ 뮤직 ਇੰਡਸਟਰੀ ਵਿੱਚ ਧਮਕ ਪਾਉਣ ਵਾਲਾ ਮੁੱਖ ਮੰਤਰੀ ਇੱਕ ਵਾਰ ਫਿਰ ਤੋਂ ਧਮਕ ਪਾਉਣ ਜਾ ਰਿਹਾ। ਇਸ ਵਾਰ ਧਮਕ ਦੇ ਨਾਲ ਪੰਜਾਬੀ ਇੰਡਸਟਰੀ ਦੇ ਇੱਕ ਹੋਰ ਆਰਟਿਸਟ ਨਾਲ ਸਿੰਘ ਵੀ ਫਸਾਉਣ ਜਾ ਰਿਹਾ। ਮੁੱਖ ਮੰਤਰੀ ਆਪਣਾ ਇੱਕ ਨਵਾਂ ਗੀਤ ਲੈ ਕੇ ਆ ਰਿਹਾ ਹੈ, ਜਿਸ ਗੀਤ ਦਾ ਨਾਮ ਹੈ ਵੱਡਾ ਇਲੂਮਨਾਤੀ। ਇਹ ਗੀਤ ਮੁੱਖ ਮੰਤਰੀ ਮਕਬੂਲ ਗਾਇਕ ਸਿੰਘਾਂ ਨੂੰ ਡੈਡੀਕੇਟ ਕਰਨ ਜਾ ਰਿਹਾ। ਦਰਅਸਲ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸਨੇ ਲਿਖਿਆ ਹੈ ਕਿ ਇਸ ਗਾਣੇ ਦਾ ਰੀਜ਼ਨ ਬਹੁਤ ਵੱਡਾ ਹੈ। ਸਭ ਨੂੰ ਬਹੁਤ ਬੰਦੇ ਮਿਲਦੇ ਲਾਈਫ 'ਚ ਜਿਹੜੇ ਬਹੁਤ ਵਧੀਆ ਦੋਸਤ ਬਣ ਜਾਂਦੇ ਆ। ਇਹ ਵੀ ਸਾਨੂੰ ਉਦੋਂ ਹੀ ਮਿਲਿਆ ਸੀ ਜਦੋਂ ਇਹਨੂੰ ਕੋਈ ਜਾਣਦਾ ਨਹੀਂ ਸੀ। ਬਹੁਤ ਕੀਤਾ ਇਸ ਨਾਲ, ਬਟ ਇਸਨੇ ਸਾਡੀ ਪਿੱਠ 'ਚ ਛੁਰਾ ਮਾਰਿਆ। ਬਾਕੀ ਇਹਦੇ ਕੋਲੋਂ ਵੀ ਪੁੱਛ ਲਿਓ ਵਧੀਆ ਕਮੈਂਟ ਕਰਨ ਤੋਂ ਪਹਿਲਾਂ। ਵਿੰਗਾ ਬੋਲਦਾ ਵੀਰੇ, ਜਿਸਨੇ ਜੋ ਬੋਲਣਾ ਬੋਲੀ ਜਾਵੇ, ਕੋਈ ਪਰਵਾਹ ਨਹੀਂ। ਖੈਰ, ਇਸ ਗਾਣੇ ਨੂੰ ਬੋਲ ਅਤੇ ਆਵਾਜ਼ ਖੁਦ ਮੁੱਖ ਮੰਤਰੀ ਨੇ ਦਿੱਤੀ ਹੈ। ਰਣਬੀਰ ਬਾਠ ਵੱਲੋਂ ਫਿਲਮਾਏ ਜਾ ਰਹੇ ਇਸ ਗੀਤ ਨੂੰ 뮤직 ਸਿਮਰ ਵੱਲੋਂ ਦਿੱਤਾ ਗਿਆ ਹੈ, ਪਰ ਇਸ ਗਾਣੇ ਦੇ ਰਿਲੀਜ਼ ਤਰੀਕ ਨੂੰ ਹਲੇ ਤੈਅ ਨਹੀਂ ਕੀਤਾ ਗਿਆ। ਪਰ ਜਦੋਂ ਵੀ ਇਹ ਗਾਣਾ ਰਿਲੀਜ਼ ਹੁੰਦਾ ਹੈ ਤਾਂ ਦੇਖਣਾ ਹੋਵੇਗਾ ਕਿ ਸਿੰਘਾਂ ਦੇ ਫੈਨਸ ਕੀ ਰਿਐਕਟ ਕਰਦੇ ਹਨ ਅਤੇ ਇੰਡਸਟਰੀ ਵਿੱਚ ਕੀ ਨਵਾਂ ਬਵਾਲ ਉੱਠਦਾ ਹੈ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।